ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣਾ ਨੂੰ ਦੇਵਤੇ ਮਿੱਤਰਾਂ ਨੂੰ ਜਿਹੜੇ ਮੈਨੂੰ ਪਿਆਰ ਕਰਦੇ ਨੇ ਕਈ ਬੰਦੇ ਮੈਨੂੰ ਥੋੜਾ ਜਿਹਾ ਗਲਤ ਜਿਹਾ ਲਈ ਜਾਂਦੇ ਹੁੰਦੇ ਸੀ ਹੌਲੀ ਹੌਲੀ ਆ ਗਈ ਸਮਝ 70 80% ਬੰਦੇ ਤਾਂ ਮੈਂ ਸਮਝਾ ਲੇ ਮੁੜਿਆ ਹਲੇ 10 ਕ ਪੈਸੇ ਹੋਰ ਨੇ ਉਹਨਾਂ ਨੂੰ ਵੀ ਮੁੜਾਂਗੇ ਚਲੋ ਇਹ ਜਿਹੜੀ ਵੀਡੀਓ ਆ ਇਹਦੇ ਚ ਗੱਲ ਕਰਨੀ ਆ ਪਹਿਲਾਂ ਤਾਂ ਮੈਂ ਦੱਸਦਾ ਇੱਕ ਸਾਡਾ ਛੋਟਾ ਭਾਈ ਆ ਸਾਡਾ ਗੋਤੀ ਆ ਪ੍ਰਿੰਸ ਢੀਂਡਾ ਸਾ ਚੁੰਨੀ ਤੋਂ ਪੁਰਾਣਾ ਪਿੰਡ ਚੌਂਦਾ ਮੁੰਡੇ ਨੇ ਕੈਨੇਡਾ ਜਾਣਾ ਮਹਾਰਾ ਸੱਚੇ ਪਾਤਸ਼ਾਹ ਘਰੇ ਚਲਿਆ ਜਾ ਬਿਛੇਤੀ ਸਤੀ ਰੱਬ ਲਾਦ ਵਿੱਚ ਚਾੜ ਦੇ ਟ੍ਰੱਕ ਤੇ ਤੋਏ ਉਹਦਾ ਭਾਈ ਟਰੈਕਟਰ ਹੈ ਇਹ ਇਹ ਟਰੈਕਟਰ ਨੂੰ ਦਿਖਾਉਣ ਦਾ ਮੰਤਵ ਸਿਰਫ ਇਹਨਾਂ ਹੈ ਕਿ ਕਈ ਆਪਣੇ ਮਨਾਂ 'ਚ ਗਲਤ ਫਹਿਮੀਆਂ ਪੈਦਾ ਹੋਈਆਂ ਹੋਈਆਂ ਨੇ ਹੋਰ ਕੋਈ ਮੰਤਵ ਨਹੀਂ ਹੈ ਨਾ ਪੰਜ ਚਾਰ ਕਮਾਂਡ 155 ਦੀਆਂ ਖਾਮੀਆਂ ਵੀ ਦੱਸੂਗਾ ਮੈਂ ਆਜੂ ਸਾਰੇ ਘਬਰਾਓ ਨਾ ਮੈਂ ਕਿਸੇ ਨੂੰ ਨਹੀਂ ਛੱਡਣਾ ਤਵਾ ਸਾਰਿਆਂ ਤੇ ਲੱਗੂ ਬਾਢਾ ਨਹੀਂ ਤਰਿਆ ਹਲੇ ਤੋ ਇਹਦੇ ਚ ਟਰੈਕਟਰ ਇਹਦਾ ਦਿਖਾਉਣ ਦਾ ਮੁੱਖ ਮੰਤਵ ਕੀ ਆ ਤੁਸੀਂ ਨਿਗਾ ਬਣਾ ਰੱਖਿਓ ਵੀਡੀਓ ਤੇ ਕਈ ਬੰਦਿਆਂ ਨੂੰ ਇਹ ਆ ਕਿ ਜੌਂਡੀਅਰ ਜਿਹੜਾ ਬਾਈ ਜੌਂਡੀਅਰ ਦੇ ਮਗਰੋਂ ਤੇ ਲਾਉਂਦਾ ਸਟੀering ਨੂੰ ਦੇਖੋ ਕਿੰਡੀ ਟੈਕਨੋਲੋਜੀ ਆ no doubt ਜੌਂਡੀਅਰ ਵਰਗੀ ਹਲੇ ਟੈਕਨੋਲੋਜੀ ਹੈ ਨਹੀਂ ਕਿਸੇ ਕੋਲ ਐਗਰੀਡ ਹੈਗੀ ਹੈ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਕੋਈ ਉਸ ਤਰ੍ਹਾਂ ਦੀ ਚੀਜ਼ ਨਹੀਂ ਬਣਾ ਸਕਦਾ ਹਰ ਚੀਜ਼ ਦਾ ਹਰ ਕੰਪਨੀ ਦਾ ਆਪਣਾ ਚੀਜ਼ ਬਣਾਉਣ ਦਾ ਟੇਸਟ ਆ ਉਹ ਉਸੇ ਲਈ ਤੇ ਤੁਰਦੇ ਨੇ ਸਾਰੇ ਟਰੈਕਟਰ ਖੋਲੇ ਪੇ ਹੁੰਦੇ ਨੇ ਉਹਨਾਂ ਦੇ ਪਰ ਉਹਨਾਂ ਦਾ ਇੱਕ ਲੀਕ ਸੁਭਾਅ ਹੈ ਮੰਨ ਲਓ ਮੇਰਾ ਸੁਭਾਅ ਹੈ ਮੇਰਾ ਸੁਭਾਅ ਬਦਲ ਜਾ ਕੁੱਟ ਕੇ ਵੀ ਨਹੀਂ ਮਨਾ ਸਕਦਾ ਕੋਈ ਜਿਹਹਾ ਜਮ ਹੈਗਾ ਉਹੋ ਜਿਹਾ ਹੀ ਰਹਿਣਾ ਕਿਸੇ YouTube ਪਰ ਨਾ ਮੇਰੀ ਨੇਚਰ ਮਿਲਦੀ ਉਹਨਾਂ ਦੀ ਮੇਰੇ ਨਾਲ ਮਿਲਦੀ ਉਹ ਆਪਣੀ ਜਗਾ ਚੰਗੇ ਨੇ ਮੈਂ ਆਪਣੀ ਜਗਾ ਮਾੜਾ ਚੰਗਾ ਜੋ ਵੀ ਹੈ ਇਹ ਕੰਪਨੀਆਂ ਦਾ ਕੰਮ ਕਰਨ ਦਾ ਤਰੀਕਾ ਹੈ ਫਲੋ ਹੈ ਉਹਨਾਂ ਦਾ ਆਪਣੀਆਂ ਮਰਜ਼ੀਆਂ ਨੇ ਇੱਕ ਛੇਤੀ ਕੀਤਿਆਂ ਕਿਸੇ ਦੀ ਕਾਪੀ ਨਹੀਂ ਬ੍ਰਾਂਡ ਕਰਦੇ ਜਿੱਡਾ ਮਰਜ਼ੀ ਮਹਾਨ ਕੋਈ ਹਸਤੀ ਆ ਜੇ ਤੋ ਇਹ ਜਿਹੜਾ ਟਰੈਕਟਰ ਹੈ ਜਿਵੇਂ ਇੱਕ ਆਪਾਂ ਜੌਂਡੀਅਰ ਚ ਗੱਲ ਕਰਦੇ ਆ 14 ਮਾਡਲ ਇਹ ਟਰੈਕਟਰ ਹੈ ਤੇ ਕਈ ਕਿਸਮ ਦੇ 855 ਆਏ ਨੇ ਇਹ 655 ਦੇ ਵਿੱਚ ਫਰਕ ਕੀ ਆ ਜਿਸ ਤਰੀਕੇ ਨਾਲ ਜੌਂਡੀਅਰ ਦੇ ਜਿਹੜਾ ਹਾਈਡਰੋਲਿਕ ਸਟੀering ਵਾਲਾ ਔਇਲ ਆ ਉਹ ਟੈਂਕ ਨਹੀਂ ਲੱਗਿਆ ਹੋਇਆ ਉਹਦਾ ਅੰਦਰਲਾ ਢਾਂਚੇ ਵਾਲਾ ਟਾਪੇ ਵਾਲਾ ਤੇਲ ਅੱਜ ਤੱਕ ਜੌਂਡੀਅਰ ਵਰਤਦਾ ਉਹੀ ਸਪਲਾਈ ਆ ਕੇ ਪੰਪ ਨੂੰ ਜੁੜਦੀ ਆ ਉਹਦੇ ਨਾਲ ਸਟੀering ਘੁੰਮਦਾ ਤੇਲ ਵਾਪਸ ਜਾ ਕੇ ਟਰੈਕਟਰ ਦੇ ਜਿਹੜਾ ਮਗਰ ਢਾਂਚਾ ਹੈ ਉਹਦੇ ਵਿੱਚ ਡਿੱਗਦਾ ਸਵਰਾਜ ਵੀ ਇਦਾਂ ਹੀ ਸੀ ਇਹਨਾਂ ਨੇ ਵੀ ਇਦਾਂ ਦਾ ਟਰੈਕਟਰ ਬਣਾਇਆ ਸੀ ਜਿਸ ਵਿੱਚ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ ਟਰੈਕਟਰ ਬੜਾ ਖੂਬਸੂਰਤ ਚੱਲਿਆ ਕਦੇ ਕੋਈ ਸਟੀering ਦੀ ਇੱਕ ਵੀ ਕੰਪਲੇਂਟ ਨਹੀਂ ਇਹਦੀ ਥੋੜੀ ਜਿਹੀ ਨਿਸ਼ਾਨੀ ਦਿਖਾ ਦਿੰਨਾ ਇਹਦੇ 2.5 3 ਫੁੱਟ ਦਾ ਫਿਲਟਰ ਹੈ ਜਿਵੇਂ ਕਿ ਮਹਸ ਦਾ ਲੇਵਾ ਨਹੀਂ ਲਟਕਦਾ ਹੁੰਦਾ ਐਡਾ ਸਾਰਾ 2.5 2.5 ਫੁੱਟ ਦਾ ਫਿਲਟਰ ਹੈ ਵੱਡਾ ਫਿਲਟਰ ਹੈ ਹਾਈਡਰੌਲਿਕ ਵਾਲਾ ਇਹਦੀਆਂ ਨਿਸ਼ਾਨੀਆਂ ਕੋਈ ਵੀ ਸੱਜਣ ਦੇਖ ਸਕਦਾ 855 6 ਸਿਸਟਮ ਆਇਆ ਇਹ ਟਰੈਕਟਰ ਦੀ ਨਿਗਾ ਬਣਾ ਲਿਓ ਇਹਦਾ ਜਿਹੜਾ ਤੇਲ ਆ ਪਿਛੋਂ ਢਾਂਚੇ ਚ ਚੱਕ ਕੇ ਹੀ ਲਿਆਂਦਾ ਗਿਆ ਬੜੀ دیر ਤੱਕ ਫਿਰ ਟਰੈਕਟਰ ਚੱਲਿਆ ਆਉਂਦਾ ਰਿਹਾ ਇਦਾਂ ਕੋਈ ਕਿਸੇ ਨੇ ਕੰਪਲੇਂਟ ਨਹੀਂ ਕੀਤੀ ਮੈਂ ਬੜਾ ਇਹਦੇ ਬਾਰੇ ਕੋਖ ਜਾਂਚ ਕਰੀ ਆ ਵੀਡੀਓ ਤਾਂ ਮੇਰੇ ਕੋ ਕੱਦੀ ਆਈ ਵੀ ਕਿਸੇ ਨੇ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਕੀਤਾ ਕਿ ਸਟੀering ਫੇਲ ਹੁੰਦਾ ਜਾਂ ਕੋਈ ਦਿੱਕਤ ਆਉਂਦੀ ਕੰਪਨੀ ਦੇ ਮਨ 'ਚ ਹੁਣ ਕੰਪਨੀ ਉਹ ਤਾਂ ਜਾਣੀ ਹੀ ਜਾਣਨੇ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਚੱਲਦਾ ਹੁਣ 855 ਹੁਣ ਤਾਂ ਹੀ ਨਹੀਂ ਦੇ ਰਹੇ ਬਣਾਈ ਬੈਠੇ ਨੇ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਆਇਆ ਜਾਂ ਕੀ ਨਹੀਂ ਚੱਕ ਕੇ ਉਹਨਾਂ ਨੇ ਤੇਲ ਦਾ ਬਾਹਰ ਹੋਲਾ ਤਾ ਜਿੱਦਾਂ 99% ਕੰਪਨੀਆਂ ਕਰਦੇ ਆ ਉਹਨਾਂ ਨੇ ਉਹੀ ਮੈਥਡ ਵਰਤੇ ਆ ਇਹ ਮੈਥਡ ਉਹਨਾਂ ਨੂੰ ਪਸੰਦ ਨਹੀਂ ਆਇਆ ਕੰਪਨੀ ਨੂੰ ਹੋਰ ਬੜੀਆਂ ਚੀਜ਼ਾਂ ਨੇ ਜੋ ਕੰਪਨੀ ਕਰ ਸਕਦੀ ਆ ਪਰ ਉਹ ਨਹੀਂ ਕਰਨਾ ਚਾਹੁੰਦੀ ਇਹ ਗੱਲਾਂ ਵੀਰੇ ਆਪਾਂ ਨੂੰ ਸਮਝਣੀਆਂ ਪੈਣਗੀਆਂ ਆਪਾਂ ਉਹੀਓ ਲੋਹੇ ਪਿੱਛੇ ਜੁਦੀ ਜੰਨੀਆਂ ਦੇ ਆ ਲਟਕਦਾ ਤੇ ਆ ਲਟਕਦਾ ਜਿਹੜਾ ਜਿਹਦੇ ਲਟਕਦਾ ਉਹੀ ਲਟਕੂਗਾ ਯਾਰ ਉਹਦੇ ਬੱਕਰਾ ਕਿਵੇਂ ਹੋ ਜੂ ਜਹ ਜਹ ਰੱਬ ਨੇ ਸੰਧ ਭਾਂਡਾ ਬਣਾਤਾ ਉਹੀ ਚੱਲੂ ਸੋ ਇਹ ਟਰੈਕਟਰ ਦੀ ਮੇਰੇ ਸਿਰਫ ਦਿਖਾਉਣ ਦਾ ਮੰਤਵ ਇਹ ਸੀ ਅਗਲੀਆਂ ਗੱਲਾਂ ਇਹਦੇ ਵਿੱਚ ਮੈਂ ਪੰਜ ਚਾਰਕ ਹੋਰ ਕਰਨੀਆਂ ਨੇ ਖਾਮੀਆਂ ਵੀ ਕਰਾਂਗੇ ਆਪਾਂ 55 ਦੀ ਦੇਖੋ ਪ੍ਰੋਬਲਮ ਕੀ ਹੈ ਜਿਹੜਾ ਟਰੈਕਟਰ ਤਾਂ ਥੋੜੇ ਮਤਲਬ ਦਾ ਹੈ ਉਹ ਤਾਂ ਤੁਸੀਂ ਲੈਣਾ ਨਹੀਂ ਉਹਨੂੰ ਤੁਸੀਂ ਨਿੰਦੀ ਜਾਂਦੇ ਹੋ ਜਿਹੜਾ ਟਰੈਕਟਰ ਕੰਪਨੀ ਦੇ ਮਤਲਬ ਦਾ ਹੈ ਉਹਦੇ ਤੁਸੀਂ ਭੱਜ-ਭੱਜ ਡਿੱਗੀ ਜਾਂਦੇ ਹੋ ਇਹ ਆਪਣੇ ਜ਼ਿਮੀਦਾਰਾਂ ਦੀ ਬਾਈ ਜੀ ਪ੍ਰੋਬਲਮ ਆ ਪਰ ਸੁਧਰ ਰਹੀ ਹੈ ਮੇਰਾ ਸਿਰਫ ਮੰਤਵ ਇਹ ਹੀ ਆ ਮੇਰਾ ਕੋਈ ਮੰਤਵ ਨਹੀਂ 69 63 ਆਲ ਰੌਂਡਰ ਟਰੈਕਟਰ ਨੇ ਸਾਰੇ ਕਿਸਮ ਦੇ ਕੰਮ ਕਰਦੇ ਨੇ ਰੋਟਾਵੇਟਰ ਸੀਡਰ ਡਰੈਂਚਰ ਜਨਾਨਾ ਪੀਟੀਓ ਮਰਦਾਨਾ ਪੀਟੀਓ ਕੀ ਕੀ ਨਹੀਂ ਉਹਨਾਂ ਦੇ ਕੰਪਨੀ ਨੇ ਲਾਇਆ ਉਹ ਤਾਂ ਆਪਾਂ ਨੂੰ ਪਸੰਦ ਨਹੀਂ ਆਏ ਮਾਜੇ 'ਚ ਕਹੀ ਜਾਂਦੇ ਨੇ ਗੋਮ ਹੁੰਦਾ ਐ ਇੱਧਰ ਕਹੀ ਜਾਂਦੇ ਨੇ ਲਫਦਾ ਨਹੀਂ ਕੋਈ ਕਹਿੰਦਾ ਦਵਦਾ ਨਹੀਂ ਆਪਣੀ ਆਪਣੀ ਬੋਲੀ ਬੋਲੀ ਜਾਂਦੇ ਨੇ ਉਧਰ ਨੂੰ ਤਾਂ ਆਪਾਂ ਤੁਰਦੇ ਨਹੀਂ ਉਹਦੇ ਵਿੱਚ ਕੰਪਨੀ ਨੂੰ ਘੱਟ ਪੈਸੇ ਵਜਦੇ ਨੇ ਉਹਦੀ ਕਾਸਟ ਆਫ ਪ੍ਰੋਡਕਸ਼ਨ ਬਹੁਤ ਜ਼ਿਆਦਾ ਏ ਕਾ ਦਿੱਤਾ ਹੋਇਆ ਤੁਹਾਨੂੰ ਲਾਲ ਰੰਗ ਦਾ ਗੁੱਡਾ ਕੋਈ ਇਹਨੂੰ ਪਿੰਕ ਰੈੱਡ ਬੱਲ ਕਹਿੰਦਾ ਕੋਈ ਇਹਨੂੰ ਓ ਯਾਰੇ ਲੋਹਾ ਇਹਦੇ ਨਾਲ ਕਾਦਾ ਪਿਆਰ ਪਿਆਰ ਮਾਂ ਨੂੰ ਕਰੋ ਪਿਓ ਨੂੰ ਕਰੋ ਪਾਈ ਨੂੰ ਕਰੋ ਭੈਣ ਨੂੰ ਕਰੋ ਜਨਾਨੀ ਨੂੰ ਕਰੋ ਗਰਲਫ੍ਰੈਂਡ ਨੂੰ ਕਰੋ ਪੁੱਤ ਨੂੰ ਕਰੋ ਧੀ ਨੂੰ ਕਰੋ ਇਹਨਾਂ ਦਾ ਕਾਦਾ ਪਿਆਰ ਆ ਧੁੱਪੜ ਲੋ ਇਹਦਾ ਉਹ ਖੜਾ ਮੇਰੇ ਚੱਟ ਦੇ ਬਾਹਰ ਅੰਦਰ ਵੀ ਨਹੀਂ ਸਾਲੇ ਨੂੰ ਲਾਉਂਦਾ ਕਿ ਇਨਸਾਨਾਂ ਦਾ ਪਿਆਰ ਕਰੀਦਾ ਹੁੰਦਾ ਸੋ ਗੱਲ ਕੀ ਚੱਲ ਰਹੀ ਸੀ ਕਿ 855 ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ ਉਹ ਖਾਮੀਆਂ ਕੀ ਕੀ ਨੇ ਅੱਜ ਤੱਕ ਸਾਈਡ ਗੇਅਰ ਨਹੀਂ ਕਰਕੇ ਤੁਹਾਨੂੰ ਦਿੱਤਾ ਇਹ ਥੋੜੇ ਕਰਕੇ ਨਹੀਂ ਕੀਤਾ ਕੰਪਨੀ ਚ ੀਕ ਮਾਰ ਕੇ ਕਰਦੀ ਜੇ ਤੁਸੀਂ ਡਿਮਾਂਡ ਕਰਦੇ 855 ਦਾ ਟਰੈਕਟਰ ਵੇਖ ਬਦੀ ਉਹ ਕਹਿੰਦੇ ਬਹੁਤ ਅੱਛਾ ਹੈ ਹਮੇਂ ਕੀ ਆ ਜਰੂਰਤ ਹੈ ਕਰਨੇ ਕੀ ਬਹੁਤ ਸਾਰੇ ਕਿਸਾਨ ਹੈ ਜੋ ਇਸ ਈਸੀ ਤੇ ਲੱਟੂ ਹੋ ਜਾਂਦੇ ਹਨ ਲੱਟੂ ਹੁੰਦੇ ਦੱਸਦੇ ਨੇ ਦਿਮਾਗ ਵਰਤ ਲਓ ਬਾਈ ਜੀ ਆਪਣਾ ਛੋਟੇ ਪਾਈ bade ਪਾਈ ਮੇਰੇ ਚਾਚੇ ਉਤਾਇਓ ਭੈਣਾ ਕੋਈ ਮਾਮਾ ਜੋੜਾ ਵੀ ਕੋਈ ਸੁਣਦਾ ਇਹ ਟਰੈਕਟਰ ਸੈਂਟਰ ਗੇਅਰ ਬੋਲਰ ਰਿਡਕਸ਼ਨ ਕੋਈ ਸਹੂਲਤ ਨਹੀਂ ਕੋਈ ਪਲੇਟਫਾਰਮ ਨਹੀਂ ਤੁਹਾਨੂੰ ਲਾ ਕੇ ਦਿੱਤਾ ਕੋਈ ਤੁਹਾਨੂੰ ਸਪੀਡਾਂ ਨਹੀਂ ਦਿੱਤੀਆਂ ਉਹੀ ਜਿਹੜਾ ਸਾਲਾ 1983 84 ਚੋਂਦਾ ਮੜਾ ਜਾਂ ਲੋਹਾ ਇੱਧਰ ਨੂੰ ਲਾ ਲਿਆ ਮੜਾ ਉੱਧਰ ਨੂੰ ਲਾ ਲਿਆ ਕਿਸੇ ਕਿਸਮ ਦੀ ਪਾਵਰਾਂ ਤੁ ਨੂੰ 59 ਕਰਕੇ ਦੇਤਾ ਥੋਡੀ ਵਜਾ ਨਾ ਹੋਇਆ ਤੁਸੀਂ ਲਾਣਾ ਸਿੱਟਦੇ ਹੋ ਇਹ ਆਪਾਂ ਬੰਦ ਕਰ ਦਈਏ ਆਪਾਂ ਇਸ ਕਿਸਮ ਦਾ ਕੰਮ ਨਾ ਕਰੀਏ ਬੜਾ ਬਾਲੇ ਹੁਣ ਆਪ ਬਦਲ ਜੋ ਵਕਤ ਨਾਲ ਇਹਦੇ ਵਿੱਚ ਫਿਰ ਤਲਾਸ਼ ਦੀਆਂ ਤੁਹਾਡੇ ਨਾਲ ਕੀ ਕੀ ਹੋਈਆਂ ਫਿਰ ਇਹਦਾ ਲੋਹਾ ਲਾਹਿਆ ਜਾਣ ਲੱਗ ਗਿਆ ਟਰੰਪ ਟਾਂ ਪਤਲੀਆਂ ਹੋ ਗਈਆਂ ਹੁਣ ਕਹਿਣਗੇ ਤਵਾ ਲਾਉਂਦਾ ਇਰੇ ਦਾ ਢਾਂਚੇ ਦਾ ਲੋਹਾ ਲਾ ਲਿਆ ਫਿਰ ਕਹਿੰਦੇ ਐ ਲੈ ਲੱਟੀ ਮਾਡਲ ਇਹਦਾ ਨਾਂ ਰੱਖ ਲਿਆ ਪਿਛਲੇ ਢਾਂਚੇ ਦਾ ਲੌਂਗ ਲਾਈਫ ਟਰੈਕਟਰ ਬਜ ਨੇ ਚ ਘੱਟ ਕਰਨ ਲੱਗੇ ਟਰੰਪਟਾਂ ਮਾੜੀਆਂ ਕਰਤੀਆਂ ਅਰੇ ਜਿਹੜੇ ਮੂਰੇ ਬਾਲੇ ਜੇ ਫਸਾਏ ਹੋਏ ਨੇ ਹਿੱਸੇ ਦੇ ਵਿੱਚ ਉਹ ਸਾਲ ਡੇਢ ਕਸਾਲ ਬਾਅਦ ਟਰੈਕਟਰ ਐ ਕਰਕੇ ਖੜ ਜਾਂਦਾ ਬਾਹਾਂ ਜਿਵੇਂ ਝੋਟਾ ਨਹੀਂ ਤੁਰਦਾ ਹੁੰਦਾ ਬਾਹਾਂ ਕਰਕੇ ਜਿਵੇਂ ਮਗਰਮਚ ਖੜਾ ਹੁੰਦਾ ਏ ਥੱਲੇ ਨੂੰ ਡਿਗਿਆ ਉਵੇਂ ਕਰਕੇ ਖੜ ਜਾਂਦਾ ਮੂਰਲੇ ਹਿੱਸੇ ਦਾ ਕੋਈ ਸੁਧਾਰ ਨਹੀਂ ਸ਼ੋ ਤੁਹਾਨੂੰ ਆ ਪੀਪੇ ਦੀ ਬਣਾ ਕੇ ਕੁੱਟਕੁੱਟ ਲਾ ਕੇ ਦੇ ਦਿੰਦੇ ਨੇ ਤੁਸੀਂ ਭੱਜ ਭੱਜ ਪੈਨੇਓ ਭਾਈ ਬਣ ਕੇ ਆਪਾਂ ਸਮਝ ਕਰੀਏ ਸੋਹਿਰਦ ਹੋਈਏ ਆਪਣੇ ਹੱਕਾਂ ਨੂੰ ਲੈਣ ਵਾਸਤੇ ਆਵਾਜ਼ ਉਠਾਈਏ ਮੰਗ ਕਰੀਏ ਜੇ ਤੁਸੀਂ ਇਦਾਂ ਹੀ ਕਰੋਗੇ ਤੁਹਾਨੂੰ ਕਦੇ ਕੋਈ ਹੁਣ ਮੈਨੂੰ ਫੋਨ ਕਰੀ ਜਾਂਦੇ ਨੇ ਬਈ ਲੋਹਾਈ ਮੀਡੀਆ ਮ ਆਉਂਦਾ ਨਹੀਂ ਆਹੀ ਲੈ ਨਹੀਂ ਆਉਂਦਾ ਜਿਹੜੇ ਲੱchn ਆਪਣੇ ਨੇ ਉਹ ਕਹਿੰਦੇ ਸਾਡਾ ਮਾਰਕੀਟ ਸ਼ੇਅਰ ਨਹੀਂ ਕਰ ਰਿਹਾ ਸਾਨੂੰ ਜ਼ਰੂਰਤ ਕੀ ਹੈ ਕੋਈ ਵੀ ਬੰਦਾ ਲੋੜ ਕਾਟ ਦੀ ਮਾਂ ਹੁੰਦੀ ਹੈ ਕੋਈ ਵੀ ਕੰਪਨੀ ਕੋਈ ਵੀ ਬੰਦਾ ਕੰਮ ਮੋਦੋਂ ਕਰਦਾ ਜਦੋਂ ਉਹਨੂੰ ਜ਼ਰੂਰਤ ਮਹਿਸੂਸ ਹੁੰਦੀ ਆ ਤੁਸੀਂ ਜ਼ਰੂਰਤ ਮਹਿਸੂਸ ਕਰਾਉਂਗੇ ਤਾਂ ਕਰੋ ਉਹ ਕਰਨਗੇ 69r 63 ਲੈਣ ਲੱਗ ਜਾਓ 10 ਦਿਨ 855 ਲਵ ਮੇਥੋਂ ਐਫੀਡ ਐਫਟ ਕਰਾ ਕੇ ਲੈ ਜਾਓ ਜੇ 11ਵੇਂ ਦਿਨ ਤੁਹਾਡੇ ਗੇਟਾਂ ਤੇ ਨਾ ਖੜਾਉਣ ਉਹ ਲੋਹਾ ਹੀ ਮੀਡੀਅਮ ਤਾਂ ਕੀ ਲੋਹਾ ਹੀ ਮੀਡੀਅਮ ए बी सी डी एफ जी एच ਜੀ ਸਾਰੀ ਹੀ ਕਰ ਦੇਣਗੇ 5 6 ਗੇਅਰ ਲਾ ਲਾ ਦੇਣਗੇ ਸੋ ਬੜਾ ਚੰਗਾ ਟਰੈਕਟਰ ਆ ਅੱਜ ਤੱਕ ਤੁਹਾਨੂੰ ਸੁੱਕਾ 에ਅਰ ਕਲੀਨਰ ਹੀ ਲਾ ਕੇ ਦਿੱਤਾ ਤੇਲ ਵਾਲਾ ਲਾ ਕੇ ਦਿੰਦੇ ਨੇ ਐ ਲਟਕਦਾ ਜਿਵੇਂ ਜਵਾਖ ਦੇ ਮੇਰੇ ਮੁੰਡੇ ਤੇ ਜੂੜਾ ਕਰਿਆ ਹੋਆ ਹੁੰਦਾ ਓਏ ਸਮਝ ਕਰੋ ਵੀਰੋ ਬਹੁਤ ਆਪਾਂ ਪਿੱਛੇ ਚਲੇ ਗਏ ਬਹੁਤ ਪਿੱਛੇ ਚਲੇ ਗਏ ਬਹੁਤ ਚੰਗਾ ਡਾਇਰੈਕਟਰ 855 ਤੁਹਾਨੂੰ ਬਹੁਤ ਕੁਝ ਕਰਕੇ ਦੇਤਾ ਪਰ ਵਕਤ ਦੇ ਨਾਲ ਵਕਤ ਦੇ ਹਿਸਾਬ ਨਾਲ ਫਿੱਟ ਨਹੀਂ ਬੈਂਦਾ ਨਾਲੇ ਅੰਦਰੋਂ ਅੰਦਰੋਂ ਬਟੇ ਜੇ ਖਾਈ ਜਾਂਦੇ ਹੋ ਭਾਈ ਲੋਹਾ ਹੀ ਮੀਡੀਅਮ ਲੈਣਾ ਸੀ ਭਾਈ ਲੋਹਾ ਹੀ ਮੀਡੀਅਮ ਇਕੜਨੀ ਹੋਣਾ ਇਹਦੇ ਵਿੱਚ ਆਪਾਂ ਨੂੰ ਥੋੜੇ ਜੇ तरीके बर्तनें पहनेंगे थोड़ी जी कालना कालनी पौ वक्त ना बदलो सहूलता ने मदे ना रखो लोण तरह 63 चुप करके बैठो चार दिन मेरे को भी 55 ਉੱਤੇ ਨਹੀਂ ਬੈਠਣੂ ਮੇਰਾ ਜੀ ਕਰਦਾ ਜੇ ਸੱਚ ਪੁੱਛਦੇ ਹੋ ਆ ਕਿ ਮੇਰੇ ਨਾਲ ਡਿਬੇਟ ਕਰ ਲੋ ਕੋਈ ਮੈਕ ਲਾ ਕੇ ਬਹਿ ਕੇ ਚਲਾ ਲੋ ਤੇਲ ਖਰਚਾ ਵੀ ਦੇਖ ਲੋ 63 ਘਟ ਕਰਦਾ ਕਾਤੇ ਚਲਾਈਏ ਕੋਈ ਸਹੂਲਤੇ ਨਹੀਂ ਬੈਠਿਆ ਤਾਂ ਜਾਂਦਾ ਨਹੀਂ ਲੱਤਾਂ ਨੂੰ ਮਾਰਦਾ ਸੇਕ ਸੋ ਵਕਤ ਨਾ ਵੀਰੋ ਬਦਲੋ ਇਹ ਲੋਹਾ ਇਹਨੂੰ ਪਿਆਰ ਨਾ ਕਰੋ ਭਾਈ ਚਾਰ ਯਾਰ ਲੋਹੇ ਪਿੱਛੇ ਭਾਈ ਚਾਰੇ ਨੂੰ ਟੁੱਟ ਦਿਓ ਆਪਣੇ ਨੂੰ ਬੇਵਕੂਫ ਕੌਣ ਹੋਊਗਾ ਯਾਰ ਆਪਾਂ ਨੂੰ ਤਾਂ ਲੜਾਉਣਾ ਹੀ ਬੜਾ ਸੌਕਾ ਸੋ ਵਕਤ ਨਾ ਬਦਲੀਏ ਵੀਰੋ ਅੱਛੇ ਤਰੀਕੇ ਨਾਲ ਜ਼ਿੰਦਗੀ ਨੂੰ ਜਿਉਈਏ ਚੰਗੇ ਸੰਧਾਂ ਦੀ ਚੋਣ ਕਰਨਾ ਸਿੱਖੀਏ ਲਾਈ ਲੱਗ ਨਾ ਬਣੀਏ ਇਹ ਤਰੀਕਾ ਅਪਣਾ ਲਓ 855 ਟੋਡਾ ਹੁਣ ਇਹ ਤਾਂ ਮੈਂ ਹੈਡਿੰਗ ਪਾ ਰਣੀ ਆ ਵੀ 855 ਕਿਵੇਂ ਆਊ ਠੀਕ ਆ ਜੀ ਸੋ ਐਸੀ ਅੱਜ ਦੀ ਵੀਡੀਓ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸਸਿਕਾ